ਜਾਂਚ ਕੀਤੀ ਗਈ ਹੈ ਕਿ ਆਖਿਰਕਾਰ ਕਿੰਨੇ ਕਿਹੜੇ ਸੀਗੇ ਯਾਤਰੀ। ਮੈਨੂੰ ਨਾ ਖਬਰ ਮਿਲੀ ਸੀ ਕਿ ਸਨੌਰ ਰੋਡ ਦੇ ਉੱਤੇ ਇੱਕ ਬੱਸ ਦੇ ਵਿੱਚ ਔਰ ਟੈਂਕਰ ਦੇ ਵਿੱਚ ਭਿਆਨਕ ਟੱਕਰ ਹੋਈ ਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਏ ਆ ਔਰ ਮੈਂ ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ, ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ। ਅਤੇ ਜਿਹੜੀ ਆਪਣੇ ਸਾਡਾ ਨਵਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜਾ ਕੀਤਾ ਸੀਗਾ ਨਾ ਜੀ, ਦੇਖੋ ਤੁਹਾਡੇ ਸਾਹਮਣੇ ਆ ਜੀ, ਉਹ ਇਮੀਡੀਏਟਲੀ 16 ਪੇਸ਼ੈਂਟਸ, ਮਤਲਬ ਬਹੁਤ ਜ਼ਿਆਦਾ ਮਤਲਬ ਭਿਆਨਕ ਐਕਸੀਡੈਂਟ ਸੀਗਾ, 16 ਮਰੀਜ਼ ਉਹਨਾਂ ਨੇ ਰਜਿੰਦਰਾ ਹਸਪਤਾਲ 'ਚ ਲਿਆਂਦੇ ਅਤੇ ਉਹ ਸਾਰੇ ਇੱਥੇ ਦਾਖਲ ਹੈ ਜੀ। ਉਹਨਾਂ 'ਚੋਂ ਕੁਛ ਪੇਸ਼ੈਂਟ ਸੀਰੀਅਸ ਸੀਗੇ ਜਿਨ੍ਹਾਂ ਦਾ ਮਤਲਬ ਸੀਟੀ ਹੋ ਗਿਆ ਹੈਗਾ, ਉਹਨਾਂ ਨੂੰ ਬਲੱਡ ਲੋਸ ਵੀ ਸੀਗਾ। ਅਤੇ ਜੇ ਮਤਲਬ ਉਹਦੇ ਜਿਹੜੀ ਸੜਕ ਸੁਰੱਖਿਆ ਫੋਰਸ ਕਰਕੇ ਇਮੀਡੀਏਟ ਐਂਬੂਲੈਂਸ ਆ ਗਈ ਔਰ ਇਮੀਡੀਏਟ ਉਹਨਾਂ ਨੂੰ ਮੈਡੀਕਲ ਏਡ ਮਿਲ ਗਈ, ਜਿਹੜੀ ਸਾਡੀ ਫਰਿਸ਼ਤੇ ਸਕੀਮ ਦੀ ਆ, ਉਹਦੇ ਕਰਕੇ 16 ਬੰਦਿਆਂ ਨੂੰ ਮੈਡੀਕਲ ਏਡ ਮਿਲੀ, ਬਟ 2-3 ਬੰਦਿਆਂ ਦੀ ਜਾਨ ਵੀ ਬਚੀ ਆ ਜਿਨ੍ਹਾਂ ਦਾ ਬਲੱਡ ਲੋਸ ਜ਼ਿਆਦਾ ਸੀ ਜਾਂ ਹੈਡ ਇੰਜਰੀ ਸੀ। ਉਹਨਾਂ ਨੂੰ ਸਾਰੇ ਜਿਹੜੇ ਸਾਰੇ ਸਪੈਸ਼ਲਿਸਟ ਆ, ਇਨਕਲੂਡਿੰਗ ਜਿਹੜੇ ਬ੍ਰੇਨ ਦੇ ਨਿਊਰੋ ਸਰਜਨ ਆ, ਉਹਨਾਂ ਦੀ ਮੋਨੀਟਰਿੰਗ ਕਰ ਰਹੇ ਆ। ਸੋ ਇਹਦਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸੀ ਜਾਂ ਸਕੀਮ ਦੀ ਜਿਹੜੀ ਸਾਡੀ ਜੋ ਸਾਡਾ ਸਕੀਮ ਦਾ ਮੰਤਵ ਸੀਗਾ ਫਰਿਸ਼ਤੇ ਸਕੀਮ ਦਾ, ਸੜਕ ਸੁਰੱਖਿਆ ਫੋਰਸ ਦਾ, ਉਹਨੂੰ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਔਰ ਜਾਨਾਂ ਵੀ ਬਚ ਰਹੀਆਂ। ਬਿਲਕੁਲ ਫ੍ਰੀ ਆ ਜੀ, ਮੈਂ ਅੰਦਰ ਜਾ ਕੇ ਆਇਆ ਅਤੇ ਤੁਹਾਨੂੰ ਅਸੀਂ ਉਹਦੀ ਫੁਟੇਜ ਵੀ ਦੇ ਦਾਂਗੇ। ਮੈਂ ਸਾਰਿਆਂ ਦੇ ਅਟੈਂਡੈਂਟ ਨਾਲ ਗੱਲ ਕੀਤੀ ਆ, ਸਾਰਿਆਂ ਨੇ ਕਿਹਾ ਜੀ ਸਾਨੂੰ ਲੈ ਕੇ ਵੀ ਆਪਣੇ ਆਪ ਆਏ ਆ, ਤੁਰੰਤ ਲੈ ਕੇ ਆਏ ਆ ਸੜਕ ਸੁਰੱਖਿਆ ਫੋਰਸ ਵਾਲੇ, ਐਂਬੂਲੈਂਸ ਵਾਲੇ ਔਰ ਅੱਗੇ ਜਿਹੜਾ ਰਜਿੰਦਰਾ ਹਸਪਤਾਲ ਹੈ, ਇਹਨਾਂ ਦੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਅਟੈਂਡ ਕੀਤਾ, ਕਿਸੇ ਦਾ ਕੋਈ ਨਿੱਕਾ ਪੈਸਾ ਖਰਚ ਨਹੀਂ ਹੋਇਆ ਔਰ ਸੀ ਟੀ ਸਕੈਨ ਤੱਕ ਸਾਰਾ ਕੁਛ ਜਿਹੜਾ ਹੈਗਾ A-to-Z ਸਾਰਾ ਫ੍ਰੀ ਹੈ ਜੀ। ਸਰ, ਕੀ ਕਾਰਨ ਜਿਹੜਾ ਸਾਹਮਣੇ ਆ ਰਿਹਾ ਉਹ ਕਹਿੰਦੇ ਜਿਹੜੇ PRTC ਦੇ ਕੰਡਕਟ ਵਰਕਰ ਨੇ ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜਿਹੜੀ ਟਾਈਮ ਵਧਾਇਆ ਗਿਆ ਤਾਂ ਕਿ ਉਹ ਮੇਨ ਵੀ ਪੁੱਲ ਨੂੰ, ਜਿਸ ਕਰਕੇ ਅੱਜ ਦਾ ਹਾਦਸਾ ਵਾਪਰਿਆ ਕਿ ਡਰਾਈਵਰ ਚੋਂ ਅੱਖ ਲੱਗ ਗਈ ਸੀ ਕੁਛ ਤਰ੍ਹਾਂ ਦਾ ਕੋਈ। ਦੇਖੋ ਮੇਰਾ ਜਿਹੜਾ ਸੰਬੰਧ ਹੈ ਜੀ ਉਹ ਹੈਗਾ ਜਿਹੜਾ ਮੈਡੀਕਲ ਰਿਸਪੋਂਸ ਸਿਸਟਮ ਹੈ ਉਹ ਮੈਂ ਇਸਟੈਬਲਿਸ਼ ਕੀਤਾ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਠੀਕ ਹੈ, ਮੈਂ ਜ਼ਰੂਰ ਜਿਹੜੀ ਫੀਡਬੈਕ ਹੈ ਉਹ ਟਰਾਂਸਪੋਰਟ ਡਿਪਾਰਟਮੈਂਟ ਨੂੰ ਔਰ ਪੁਲਿਸ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਉਹ ਵੀ ਅਸੀਂ ਐਗਜ਼ਾਮਨ ਕਰਾਂਗੇ ਜੀ। ਲੇਕਿਨ ਇਹ ਕਿਉਂਕਿ ਲੋਕਲ ਬੱਸ ਸੀਗੀ ਜਿਹੜੀ ਸਨੌਰ ਤੋਂ ਆ ਰਹੀ ਸੀ, ਮੈਨੂੰ ਲੱਗਦਾ ਨਹੀਂ ਕੋਈ ਲੰਬੇ ਰੂਟ ਦੀ ਬੱਸ ਨਹੀਂ ਸੀ ਕਿ ਬੰਦਾ ਸਵੇਰੇ ਗਿਆ ਸ਼ਾਮ ਨੂੰ ਆ ਰਿਹਾ ਸੀਗਾ, ਕੋਈ ਇੱਦਾਂ ਦੀ ਗੱਲ ਲੱਗਦੀ ਨਹੀਂ ਹੈ। ਬਟ ਸਟਿਲ ਜਿਹੜੇ ਸਾਰੇ ਫੈਕਟਰਸ ਹੈਗੇ ਆ ਉਹਦੇ 'ਚ ਅਸੀਂ ਜਿਹੜੇ ਹੈਗੇ ਆ ਜਿਹਨੂੰ ਡਾਰਕ ਸਪੋਟਸ ਕਹਿੰਦੇ ਹਾਂ ਅਸੀਂ, ਜਿਹੜੇ ਐਕਸੀਡੈਂਟ ਪ੍ਰੋਨ ਹੈ ਉਹਨਾਂ ਦੀ ਵੀ ਸਾਰੀ ਸਟੱਡੀ ਕਰ ਰਹੇ ਹਾਂ, ਜਿਹੜੇ ਹਿਊਮਨ ਫੈਕਟਰਸ ਹੈ ਜਾਂ ਜਿਹੜੇ ਵਹੀਕਲ ਨਾਲ ਰਿਲੇਟਡ ਹੈ ਵੀ ਗੱਡੀਆਂ ਵੀ ਅਪ ਟੂ ਡੇਟ ਹੋਣ ਅਤੇ ਬੰਦਿਆਂ ਦੇ ਵਿੱਚ ਫਟੀਕ ਫੈਕਟਰ ਨਾ ਹੋਵੇ, ਉਹਨਾਂ ਦੇ ਰੈਸਟ ਕਰਨ ਦੀ ਜਗ੍ਹਾ ਹੋਵੇ, ਉਹਨਾਂ ਨੂੰ ਪ੍ਰੋਪਰ ਛੁੱਟੀਆਂ ਹੋਣ, ਆਲਰੇਡੀ ਵੀ ਕਰ ਰਹੇ ਹਾਂ ਬਟ ਉਹ ਵੀ ਅਸੀਂ ਕਰਾਂਗੇ। ਕਹਿੰਦੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯਾਦਵਿੰਦਰ ਉੱਥੇ ਪਹੁੰਚਦੇ ਨੇ, ਉਹਨਾਂ ਵੱਲੋਂ ਕਿਹਾ ਵੀ ਅੱਧਾ ਘੰਟਾ ਅਸੀਂ ਕਾਲ ਕਰੀਏ ਸੜਕ ਸੁਰੱਖਿਆ ਫੋਰਸ ਵਾਲੇ, ਮੈਂ ਫੋਨ ਚੱਕਿਆ ਪਰ ਪਹੁੰਚੇ ਨਹੀਂ ਹੈਗੇ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਲੈ ਕੇ ਆਏ ਨੇ। ਮੈਂ ਤੁਹਾਡੇ ਸਾਹਮਣੇ ਪੇਸ਼ੈਂਟ ਦੇ ਅਟੈਂਡੈਂਟ ਨਾਲ ਗੱਲ ਕਰਕੇ ਆਇਆ ਜੀ। ਮਤਲਬ ਜਦੋਂ ਜਿਹੜਾ ਕੋਈ ਪੇਸ਼ੈਂਟ ਦਾ ਅਟੈਂਡੈਂਟ ਹੁੰਦਾ ਨਾ ਜੀ, ਕਈ ਵਾਰੀ ਜਦੋਂ ਇੱਕ ਤਾਂ ਜਿਹੜੀ ਬਲੀਡਿੰਗ ਹੁੰਦੀ ਹੈ ਉਸ ਵੇਲੇ ਪੇਸ਼ੈਂਟ ਟੈਰੀਫਾਈਡ ਹੁੰਦਾ, ਉਦੋਂ ਅਗਲੇ ਨੂੰ ਆਪਾਂ ਨੂੰ 5 ਮਿੰਟ ਵੀ ਐਂ ਲੱਗਦਾ ਹੁੰਦਾ ਕਿ ਬਹੁਤ ਹੋ ਗਏ। ਸੜਕ ਸੁਰੱਖਿਆ ਫੋਰਸ ਵਾਲੇ ਹਰ 15-20 ਕਿਲੋਮੀਟਰ 'ਤੇ ਖੜ੍ਹੇ ਹੋਏ ਆ ਔਰ ਉਹ ਆਏ ਆ, ਅਲਟੀਮੇਟਲੀ ਉਹੀ ਲੈ ਕੇ ਆਏ ਆ, ਉਹੀ ਲੈ ਕੇ ਆਏ ਇਹਦੇ ਵਿੱਚ। ਉਹ ਮੈਂ ਤੁਹਾਨੂੰ ਕਹਿ ਰਿਹਾ ਜੀ ਜਿਹੜੇ ਬਾਕੀ ਸਾਰੇ ਫੈਕਟਰਸ ਆ ਉਹਨਾਂ ਦੀ ਪ੍ਰੋਪਰ ਇਨਕੁਆਇਰੀ ਹੋ ਨਹੀਂ। ਆਪਣੇ ਕੋਲ ਸਾਰੀਆਂ ਈਡੀਐਲ ਅਵੇਲੇਬਲ ਹੈ, ਕਿੰਨੇ ਅਵੇਲੇਬਲ ਹੈ ਜੀ? ਈਡੀਐਲ 200 ਦੇ ਕਰੀਬ ਅਵੇਲੇਬਲ ਹੈਗੇ ਆ, 200 ਪਲੱਸ ਈਡੀਐਲ ਅਵੇਲੇਬਲ ਹੈ ਜਿਹਨਾਂ ਕੋਲ, 200 ਤੋਂ ਬਾਅਦ ਈਡੀਐਲ ਅਵੇਲੇਬਲ ਹੈ ਔਰ ਨੋਨ ਈਡੀਐਲ ਵਾਸਤੇ ਇਹਨਾਂ ਕੋਲ ਫੰਡਸ ਵੀ ਹੈਗੇ ਆ ਜੀ। ਜੇ ਨਹੀਂ ਹੋਵੇ ਤਾਂ ਇਹ ਨਹੀਂ ਕਿ ਦਵਾਈ ਨਹੀਂ ਇਹਨਾਂ ਕੋਲ, ਨੋਨ ਈਡੀਐਲ ਦਾ
ਇੱਕ ਟਰਮ ਐਕਟ ਦੀ ਜਿਹੜੀ ਹੈਗੀ ਆ ਹੁਣ ਰੀਸੈਂਟਲੀ ਇਹਨਾਂ ਨੇ ਕੋਇਨ ਕਰ ਲਈ ਹੈ, ਅਸੀਂ ਮੈਜੋਰਟੀ ਮੈਡੀਸਨ ਏਰੀਆ ਵਿੱਚ ਲੈ ਕੇ ਆ ਰਹੇ ਹਾਂ, ਉਹਦੀ ਵੀ ਜਿਹੜੀਆਂ ਇਹਨਾਂ ਦਾ ਇੱਕ ਪੈਟਰਨ ਜਿਹੜਾ ਯੂਜ਼ ਆ ਮੈਡੀਸਨ ਦਾ, ਉਹ ਇਹਨਾਂ ਨੇ ਆਪਣੇ ਲੋਕਲ ਜਿਹੜੀ ਅਥਾਰਟੀਜ਼ ਹੈਗੀਆਂ ਉਹਨਾਂ ਨੇ ਸਟੱਡੀ ਕਰਨਾ ਵੀ ਕਿਹੜੀ ਕਿਹੜੀ ਦਵਾਈਆਂ ਦੀ ਹੋਰ ਲੋੜ ਪੈਂਦੀ ਆ ਉਹ ਖਰੀਦ ਕੇ ਰੱਖਣੀਆਂ ਉਹਨਾਂ ਨੇ, ਮਤਲਬ ਉਹ ਵੀ ਸਟੋਰ 'ਚ ਹੋਣਗੀਆਂ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਜਿਹਨਾਂ ਕੋਲ ਫੰਡਸ ਹੈਗਾ ਜੀ ਦੇ ਕੈਨ ਪਰਚੇਜ਼ ਇਟ, ਜੇ ਕੋਈ ਸਪੈਸੀਫਿਕ ਮੈਨੂੰ ਤੁਸੀਂ ਦੱਸੋਗੇ ਵੀ ਆਹ ਐਗਜ਼ਾਮਪਲ ਹੈਗੀ ਦੈਨ ਮੈਂ ਆਈ।